ਬਾਅਦ ਉਹ ਐਲਈਡੀ ਜਿਹੜੀਆਂ ਗਾਇਬ ਕਰ ਦਿੰਦੇ ਆ, ਨਾ ਉਹ ਫੋਨ ਬੰਦ ਕਰ ਦਿੰਦੇ ਆ, ਜਿਹੜਾ ਭੇਜਣ ਵਾਲਾ ਸਪਲਾਇਰ ਹੈ ਉਹਦਾ ਲੌਸ ਹੋ ਜਾਂਦਾ। ਇਨਲੀਗਲ ਵੇ ਨਾਲ ਇਹ ਬੈਨੀਫਿਟ ਲੈ ਰਹੇ ਆ। ਇਹ ਸਾਡੇ ਇਹਨਾਂ ਐਸ ਐਚ ਓ ਡਾਬਾ ਪੁਲਿਸ ਸਟੇਸ਼ਨ ਕੁਲਬੀਰ ਸਿੰਘ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਇਹ ਉਪਰਾਲਾ ਕੀਤਾ ਹੈ। ਔਰ ਇਹਦੇ ਵਿੱਚ ਸਾਡੇ ਕੋਲ ਇੱਕ ਮੁਕੱਦਮਾ ਨੰਬਰ 28 ਡੇਟਡ 30/23/420/320 ਦੇ ਵਿੱਚ ਰਜਿਸਟਰ ਕੀਤਾ ਗਿਆ। ਇਹ 'ਚ ਦੋ ਜਿਹੜੇ ਕਲਪਰੇਟ ਆ ਉਹ ਇਹਨਾਂ ਨੂੰ ਇਹਨੇ ਨੈਪ ਕੀਤੇ ਆ, ਦੋ ਪਕੜੇ ਕਲਪਰੇਟ, ਜਿਹਦੇ ਵਿੱਚੋਂ ਮੇਨ ਅਰਵਿੰਦਰ ਸਿੰਘ ਉਰਫ ਮਿੰਟੂ ਹੈ ਔਰ ਇਹਦਾ ਸਹਿਯੋਗੀ ਜਸਵਿੰਦਰ ਸਿੰਘ। ਨੌਰਥ ਸਪਰਿੰਡੀ ਇਹਨਾਂ ਦੀ ਇਹ ਹੈ ਕਿ ਇਹ ਆਰਡਰ ਦੇ ਕੇ ਔਰ ਪਹਿਲੇ ਤਾਂ ਇਹ ਉਹਦੇ ਉੱਤੇ ਐਡ ਦੇਖਦੇ ਆ, ਐਡ ਦੇਖ ਕੇ ਉਹ ਇਲੈਕਟ੍ਰੋਨਿਕਸ ਦੀ ਦੁਕਾਨ ਨੂੰ ਆਰਡਰ ਰਿਪਲੇਸ ਕਰ ਦਿੰਦੇ ਆ। ਆਰਡਰ ਜਦੋਂ ਭੁਗਤਾਨ ਅਗਲਾ ਕਰਨ ਆਉਂਦਾ ਹੈ ਆਪਣੇ ਵਹੀਕਲ 'ਤੇ, ਫਿਰ ਉਹਦੇ ਹੀ ਵਹੀਕਲ ਨੂੰ ਉਲਝਾ ਲੈਂਦੇ ਹੋ ਜਿਹੜਾ ਡਰਾਈਵਰ ਛੱਡਣ ਆਉਂਦਾ। ਅੱਧੀ ਕੰਸਾਈਨਮੈਂਟ ਇੱਕ ਥਾਂ 'ਤੇ ਰਖਾ ਲੈਂਦੇ ਆ, ਕੁਝ ਪਾਰਟ ਉਸ ਕੰਸਾਈਨਮੈਂਟ ਦਾ ਕਿਤੇ ਹੋਰ ਜਗ੍ਹਾ 'ਤੇ ਲੈ ਜਾਂਦੇ ਆ ਔਰ ਉੱਥੇ ਜਾ ਕੇ ਉਹਨੂੰ ਛੱਡ ਕੇ ਫੋਨ ਬੰਦ ਕਰ ਲੈਂਦੇ ਆ। ਸਾਰੀ ਡੀਲ ਜਿਹੜੀ ਹੈ ਫੋਨ ਦੇ ਉੱਤੇ ਹੀ ਹੋ ਰਹੀ ਹੈ। ਤੋ ਉਦੋਂ ਪਹਿਲ ਕਿਉਂ ਆਰਡਰ ਜਿਹੜਾ ਰਿਪਲੇਸ ਕਰਾਉਂਦੇ ਹੋ, ਕਿਸ ਇੱਕ ਲੜਕੀ ਹੈ ਨੇਹਾ ਨਾਂ ਦਾ ਕਰੈਕਟਰ ਆਇਆ ਹੈ ਔਰ ਅਸੀਂ ਉਹਨੂੰ ਅਜੇ ਪਕੜਨਾ ਹੈ, ਉਹਦੇ ਬਾਰੇ ਪੁੱਛ ਗਿੱਛ ਕਰ ਰਹੇ ਹਾਂ। ਉਹ ਨੇਹਾ ਕਰੈਕਟਰ ਤੋਂ ਆਰਡਰ ਰਿਪਲੇਸ ਕਰਾ ਕੇ ਐਲਈਡੀ ਨੂੰ ਬਦਲ ਦਿੰਦੇ ਆ, ਉਦੋਂ ਬਾਅਦ ਉਹ ਐਲਈਡੀ ਜਿਹੜੀਆਂ ਗਾਇਬ ਕਰ ਦਿੰਦੇ ਆ, ਨਾ ਉਹ ਫੋਨ ਬੰਦ ਕਰ ਲੈਂਦੇ ਆ, ਜਿਹੜਾ ਭੇਜਣ ਵਾਲਾ ਸਪਲਾਇਰ ਹੈ ਉਹਦਾ ਲੌਸ ਹੋ ਜਾਂਦਾ। ਇਨਲੀਗਲ ਵੇ ਨਾਲ ਇਹ ਬੈਨੀਫਿਟ ਲੈ ਰਹੇ ਆ ਔਰ ਆਰਡਰ ਨੂੰ ਦੇ ਕੇ ਐਲਈਡੀ ਦੀਆਂ ਉਹ ਫਿਰ ਮਾਰਕੀਟ 'ਚ ਸਸਤੇ ਭਾਅ 'ਤੇ ਵੇਚ ਦਿੰਦੇ ਆ। ਇਹ ਕਿੰਨੇ ਕੁ ਲੋਕਾਂ ਨੂੰ ਸਰ ਸਰਕਾਰ ਬਣਾਇਆ ਨਹੀਂ ਹੁੰਦਾ? ਫਿਲਹਾਲ ਇਹਨਾਂ ਨੇ ਜਿਹੜੀ ਲਾਈਮ ਲਾਈਟ 'ਚ ਗੱਲ ਆਈ ਹੈ, ਸਾਡੇ ਕੋਲ ਕੰਪਲੇਂਟ ਆਈ ਸੀ ਜਿਹੜਾ ਐਸ ਐਸ ਇਲੈਕਟ੍ਰੋਨਿਕਸ ਦੀ, ਉਹ ਐਸ ਐਚ ਓ ਸਾਹਿਬ ਨੇ ਫਿਰ ਵਰਕਆਊਟ ਕਰਦੇ ਆ। ਇੱਕ ਹੋਰ ਉਹਦੇ ਕੰਪਨੀ ਉਹਨਾਂ ਦੀ ਕੋਲੋਂ ਇੱਦਾਂ ਹੀ ਐਡ ਕਰਾ ਦਿੱਤੀ ਔਰ ਇਹਨਾਂ ਨੇ ਉਹ ਐਡ ਪੜ੍ਹ ਕੇ ਆਰਡਰ ਰਿਪਲੇਸ ਕਰਤਾ 20 ਐਲਈਡੀ ਦਾ ਔਰ ਉਹ ਰੈੱਡ ਹੈਂਡਡ ਹੀ ਐਸ ਐਚ ਓ ਸਾਹਿਬ ਨੇ ਉਹਨਾਂ ਨੂੰ, ਇਹਨਾਂ ਨੇ ਜਦੋਂ ਆਰਡਰ ਭੁਗਤਾਉਣ ਆਏ ਤਾਂ ਇਹਨਾਂ ਨੂੰ ਕਿੰਨੀਆਂ ਬਰਾਮਦ ਹੋਈਆਂ ਨੇ? ਹੁਣ ਸਾਡੇ ਕੋਲ ਜਿਹੜੀ ਇਸ ਕੰਸਾਈਨਮੈਂਟ ਦੀਆਂ 20 ਔਰ ਪਹਿਲੀ ਕੰਸਾਈਨਮੈਂਟ ਦੀਆਂ 3 ਐਲਈਡੀ ਬਰਾਮਦ ਕੀਤੀਆਂ। ਇਹ ਜਿਹੜਾ ਹੈਗਾ ਇਹਨਾਂ ਦੀ ਮੇਨ ਇਹਦਾ ਜਿਹੜਾ ਮਾਸਟਰ ਮਾਈਂਡ ਹੈ ਅਰਵਿੰਦਰ ਸਿੰਘ ਔਰ ਮਿੰਟੂ, ਇਹ ਪ੍ਰੀਤ ਨਗਰ ਸ਼ਿਮਲਾ ਪੁਰੀ ਦਾ ਰਹਿਣ ਵਾਲਾ ਔਰ ਇਹਦੇ 'ਤੇ ਆਪ ਪਹਿਲਾਂ ਹੀ 2 ਪਰਚੇ ਦਰਜ ਆ, ਇੱਕ ਡਿਵੀਜ਼ਨ ਨੰਬਰ 6 ਦਾ, ਇੱਕ ਮਾਡਲ ਟਾਊਨ ਦਾ। ਸਰ ਟੋਕਨ ਮਨੀ ਵੀ ਤਾਂ ਦਿੰਦੇ ਹੋਣਗੇ ਥੋੜ੍ਹੀ ਬਹੁਤੀ? ਇਹ ਕੁਛ ਨਹੀਂ ਦਿੰਦੇ ਜੀ, ਕਿਉਂਕਿ ਕੰਪੀਟੀਸ਼ਨ ਦਾ ਜ਼ਮਾਨਾ ਹੈ, ਐਲਈਡੀ ਵੇਚਣੀ ਆ ਉਹਨਾਂ ਨੇ, ਤੋ ਇਹ ਆਰਡਰ ਟੈਲੀਫੋਨਿਕਲੀ ਐਡੇ ਸਮਾਰਟ ਹੋ ਗਏ, ਰਿਪਲੇਸ ਕਰਦੇ ਆ, ਉਹਨਾਂ ਨੂੰ ਦਿੰਦੇ ਆ ਆਰਡਰ ਔਰ ਅਗਲਾ ਇਹਨਾਂ ਦੇ ਬਹਿਕਾਵੇ 'ਚ ਆ ਜਾਂਦਾ ਵੀ ਇਹ ਐਸਟੈਬਲਿਸ਼ ਕੰਪਨੀ ਹੋਏਗੀ। ਅਤੇ ਸਰ ਕਿੰਨੀਆਂ ਕੁ ਵਾਰਦਾਤਾਂ ਕੀਤੀਆਂ ਜੀ ਹੁਣ ਤੱਕ ਉਹਨਾਂ ਨੇ? 2 ਤਾਂ ਇਹ ਮੰਨ ਹੀ ਰਹੇ ਤੁਹਾਡੇ ਸਾਹਮਣੇ, ਬਾਕੀ ਇਹਨਾਂ ਦੀ ਰਿਮਾਂਡ ਲੈ ਕੇ ਇਹਨਾਂ ਨੂੰ ਪੁੱਛੇ। ਸਰ ਖਾਲੀ ਐਲਈਡੀ ਵੀ ਹੋਰ ਸਮਾਨ ਵੀ ਕੋਈ ਇੱਦਾਂ ਦਾ ਇਲੈਕਟ੍ਰੋਨਿਕ ਵੇਚਦੇ ਸੀਗੇ? ਇਹ ਹੁਣ ਇਹਨਾਂ ਦੀ ਤਹਿਕੀਕਾਤ ਦੇ ਵਿੱਚ ਅਸੀਂ ਕਲੀਅਰ ਕਰਦੇ। ਫਿਲਹਾਲ ਜਿਹੜਾ ਸਰ ਵੇਚਦੇ ਕਿਤੇ ਸੀ ਪਤਾ ਲੱਗਿਆ? ਹਾਂਜੀ, ਉਹ ਇਹਨਾਂ ਨੇ ਜਿਹੜੀਆਂ ਹੈਗੀਆਂ ਐਲਈਡੀ ਪਹਿਲੀ ਕੰਸਾਈਨਮੈਂਟ ਦੀਆਂ, ਉਹ ਇਹਨਾਂ ਨੇ ਜੇ ਕੋਈ ਇਹਦਾ ਇੱਕ ਕੋਈ ਰਾਮ ਨਾਮ ਦਾ ਕਰੈਕਟਰ ਹੈਗਾ, ਲੋਕਲ ਸਿੰਗਲ ਸਿੰਗਲ ਕਰਕੇ ਵੇਚ ਦਿੰਦੇ ਆ। ਇੱਕ ਸ਼ਿਵ ਸ਼ਕਤੀ ਇਲੈਕਟ੍ਰੋਨਿਕਸ ਹੈਗੀਆਂ, ਉੱਥੇ ਇਹਨਾਂ ਨੇ 4 ਐਲਈਡੀ ਦਿੱਤੀ ਆ, ਉਹ ਅਸੀਂ ਉਹਨਾਂ ਨੂੰ ਚੈੱਕ ਕਰ। ਹੋਰ ਬੰਦੇ ਨਾਲ ਜੁੜਨਾ ਤਾਂ ਸਾਡੇ ਕਿਤੇ ਹੋਰ ਸ਼ਿਵ ਸ਼ਕਤੀ ਕਿੱਥੇ ਦਾ ਜੀ, ਕਿੱਥੇ ਦੀ ਦੁਕਾਨ ਹੈ? ਇਹ ਸ਼ਿਵ ਸ਼ਕਤੀ ਅਜੇ ਦੱਸ ਰਹੇ ਆ ਜੀ, ਪਰ ਇਹਨੂੰ ਐਸਟੈਬਲਿਸ਼ ਕਰਦੇ ਵੀ ਕਿੱਥੋਂ ਦੀ ਇਹ ਕੌਣ ਆ। ਇਹਨਾਂ ਦੇ ਕੋਲੋਂ ਇਹਦੀ ਢੋਆ ਢੁਆਈ ਦੇ ਵਿੱਚ 4 ਐਲਸੀਡੀ ਟੁੱਟ ਗਈਆਂ ਔਰ ਉਹ ਜਿਹੜੀਆਂ ਟੁੱਟੀਆਂ ਐਲਸੀਡੀ ਇਹਨਾਂ ਨੇ ਉਹ ਕਬਾੜੀਆਂ ਨੂੰ ਦਿੱਤੀਆਂ, ਉਹ ਵੀ ਅਸੀਂ ਉਹਨੂੰ ਪਕੜ ਕੇ ਉਹ ਤੋਂ ਬਰਾਮਦ ਕਰਾਂਗੇ। ਸਰ ਉਹਨਾਂ ਤੇ ਵੀ ਕਾਰਵਾਈ ਕੀਤੀ ਜਿਹਨਾਂ ਐਲਈਡੀ? ਬਿਲਕੁਲ ਕਰਾਂਗੇ। ਸਰ ਹੋਰ ਤਾਰ ਕਿਤੇ ਜੁੜਨ ਦੇ ਇਸ਼ਾਰ ਲੱਗਦੇ ਤੁਹਾਨੂੰ ਕਿ ਵੀ ਹੋਰ ਕਿਤੇ ਵੀ ਇਦਾਂ ਦੇ ਨਾਲ ਬੰਦੇ ਜੁੜੇ ਹੋਣਗੇ? ਦੇਖੋ ਜੀ, 2 ਕਰੈਕਟਰ ਦੇ ਕੋਈ ਜਿਹੜੀ ਲੜਕੀ ਹੈਗੀ ਉਹਦਾ ਨਾਂ ਜਿਹੜਾ ਐਕਚੁਅਲ ਅਸਲ ਨਾਂ ਉਹਦਾ ਰੀਆ ਪਤਾ ਲੱਗਿਆ ਹੈ, ਤੇ ਇੱਕ ਇਹਨਾਂ ਦੇ ਨਾਲ ਰਾਜੂ ਭਈਆ ਨਾਮ ਦਾ ਹੈ। ਉਹਨਾਂ ਦੀ ਰੀਆ ਕਿੱਥੇ ਰਹਿੰਦੀ ਹੈ ਜੀ? ਇਹਦਾ ਅਜੇ ਸਾਨੂੰ ਕਨਫਰਮ ਨਹੀਂ। ਰਾਜੂ ਭਈਆ ਦੋਨੋਂ ਹੀ, ਰਾਜੂ ਭਈਆ ਦਾ ਕਨਫਰਮ ਹੋ ਗਿਆ, ਉਹ ਅਸੀਂ ਅੱਜ ਸ਼ਾਮ ਤੱਕ ਫੜ ਕੇ ਕੱਲ੍ਹ ਤੁਹਾਨੂੰ ਅਪਡੇਟ ਦੇ। ਰਾਜੂ ਭਈਆ ਦਾ ਕੀ ਰੋਲ ਹੈ ਜੀ? ਰਾਜੂ ਭਈਏ ਦਾ ਰੋਲ ਹੈ ਵੀ ਉਹ ਜਦੋਂ ਡਰਾਈਵਰ ਲੈਣ ਆਉਂਦਾ ਆ ਤੇ ਉਹਨੂੰ ਨਾਲ ਉਲਝਾ ਲੈਂਦਾ ਤੇ ਉਹਨੂੰ ਲੈ ਜਾਂਦਾ ਵੀ ਆਖਰ ਮੈਂ ਪੇਮੈਂਟ ਦੇ ਦਿਆਂ, ਤੇ ਪੇਮੈਂਟ ਦੇਣ ਦੇ ਹਿਸਾਬ ਨਾਲ ਉਹਦੀਆਂ ਗਲੀਆਂ ਸ਼ਿਮਲਾਪੁਰੀ 'ਚ ਉਹਨੂੰ ਉਲਝਾ 'ਚ ਪਾ ਕੇ ਤੇ ਆਪ ਖਿਸਕੇ ਜਾਂਦਾ, ਫੋਨ ਬੰਦ ਕਰ ਲੈਂਦਾ।